ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ ਪ੍ਰਤ ਪਾਲੇ ਅਨਿਤ ਸਾਰ ਸੰਭਾਲੇ ਇੱਕ ਗੁਣ ਨਹੀਂ ਮੂਰਖ ਜਾਤਾ ਰੇ ਕੋਟ ਬ੍ਰਹਿਮੰਡਾਂ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਨਿੱਘੀ ਗੋਦੀ ਅੰਦਰ ਸਜੇ ਬੈਠੇ ਸਤਿਕਾਰਯੋਗ ਸਤਸੰਗੀ ਜਣੋ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਗੁਰੂ ਗਰੀਬ ਨਿਵਾਸ ਜੀਆਂ ਨੇ ਤਰਸ ਖਾ ਕੇ ਸਾਡੀ ਔਰ ਤੁਹਾਡੀ ਝੋਲੀ ਦੇ ਵਿੱਚ ਸਤਸੰਗ ਦੀ ਦਾਤ ਪਾਈ ਹੈ ਜਿੱਥੇ ਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਹੈ ਉੱਥੇ ਆਓ ਆਪਣੀਆਂ ਮਨ ਬੇਨਤੀਆਂ ਨੂੰ ਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਇਕੱਤਰ ਕਰੀਏ ਤੇ ਇਕੱਤਰ ਕਰਨ ਦਾ ਜ਼ਰੀਆ ਆ ਕਿ ਆਪਾਂ ਗੁਰੂ ਪਾਤਸ਼ਾਹ ਮਹਾਰਾਜ ਜੀਆਂ ਵੱਲੋਂ ਬਖਸ਼ਿਸ਼ ਹੋਈ ਫਤਿਹ ਦੇ ਨਾਰੇ ਨੂੰ ਬੁਲੰਦ ਕਰੀਏ ਸਾਰੀ ਸੰਗਤ ਬੜੇ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੇ ਨਗਰ ਤੇ ਇਲਾਕਾ ਨਿਵਾਸੀਆਂ ਤੇ ਮਹਾਰਾਜ ਜੀਆਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਬਾਬਾ ਰਾਮ ਜੋਗੀ ਪੀਰ ਜੀ ਦੇ ਇਸ ਪਾਵਨ ਅਸਥਾਨ ਦੇ ਉੱਤੇ ਤੁਸੀਂ ਆਏ ਸਾਲ ਇਸੇ ਹੀ ਤਰੀਕੇ ਦੇ ਨਾਲ ਸਜਦੇ ਹੋ ਇਹ ਸਾਲ ਵੀ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਰਹਿਮਤ ਦੇ ਸਦਕਾ ਤੁਸੀਂ ਗੋਦੀ ਅੰਦਰ ਬੈਠੇ ਹੋ ਆਓ ਆਪਾਂ ਇੱਕ ਇਤਿਹਾਸ ਦਾ ਅਲੌਕਿਕ ਵਰਕਾ ਰਲ ਮਿਲ ਕੇ ਸਾਂਝਾ ਕਰਨ ਦਾ ਯਤਨ ਕਰੀਏ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਰਿਹਾ ਬਹੁਤ ਵਾਰ ਇਤਿਹਾਸ ਨੇ ਆਪਣੇ ਆਪ ਨੂੰ ਦੁਹਰਾਇਆ ਜਦੋਂ ਆਪਾਂ ਪਹਿਰਾ ਪੜਦੇ ਅਰਦਾਸ ਦਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਏਤ ਸੀਸ ਦਿੱਤੇ ਬੰਨ ਬੰਨ ਕਟਾਏ ਖੋਪੜੀਆਂ ਲੁਹਾਈਆਂ ਜਦੋਂ ਖੋਪੜੀਆਂ ਲੁਹਾਈਆਂ ਦਾ ਜ਼ਿਕਰ ਆਉਂਦਾ ਸਾਡਾ ਧਿਆਨ ਜਾਂਦਾ ਭਾਈ ਤਾਰੂ ਸਿੰਘ ਵੱਲੇ ਜਿਹਦੀ ਖੋਪੜੀ ਉਤਾਰ ਕੇ ਉਹਨੂੰ ਸ਼ਹੀਦ ਕਰ ਦਿੱਤਾ ਗਿਆ 1745 ਈਸਵੀ ਦੇ ਵਿੱਚ ਜ਼ਕਰੀਆ ਖਾਨ ਦਾ ਅਖੀਰਲਾ ਕਤਲ ਹੈ ਸ਼ਹੀਦ ਭਾਈ ਤਾਰੂ ਸਿੰਘ ਪਰ ਇਤਿਹਾਸ ਨੇ 21ਵੀਂ ਸਦੀ ਦੇ ਵਿੱਚ ਆਪਣੇ ਆਪ ਨੂੰ ਫਿਰ ਦੁਹਰਾਇਆ ਸਮੇਂ ਦੀ ਸਰਕਾਰ ਸਿੱਖਾਂ ਦੀ ਦੁਸ਼ਮਣ ਹੋ ਗਈ ਤੇ ਨੌਜਵਾਨੀ ਨੂੰ ਕੋਹ ਕੋਹ ਕੇ ਮਾਰਨਾ ਸ਼ੁਰੂ ਕਰ ਦਿੱਤਾ ਉਹਦੇ ਵਿੱਚ ਭਾਈ ਅਨੋਖ ਸਿੰਘ ਬੱਬਰ ਜਿਹਦਾ ਖੋਪਰ ਉਤਾਰ ਕੇ ਉਹਨੂੰ ਸ਼ਹੀਦ ਕੀਤਾ ਗਿਆ ਇੱਥੇ ਬਸ ਨਹੀਂ ਜਦੋਂ ਆਪਾਂ ਦੇਗ ਵਿੱਚ ਉਬਲਣ ਦੀ ਗੱਲ ਕਰਦੇ ਹਾਂ ਸਾਡਾ ਧਿਆਨ ਜਾਂਦਾ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਨਾਲ ਸ਼ਹੀਦ ਹੋਏ ਸਿੱਖਾਂ ਵੱਲੇ ਜਿਹਨਾਂ ਦੇ ਵਿੱਚ ਭਾਈ ਦਿਆਲੇ ਨੂੰ ਰਿੱਜ ਦੀ ਦੇਗ ਦੇ ਵਿੱਚ ਉਬਾਲ ਕੇ ਸ਼ਹੀਦ ਕਰ ਦਿੱਤਾ ਗਿਆ 21ਵੀਂ ਸਦੀ ਦੇ ਵਿੱਚ ਵੀ ਭਾਈ ਦਿਆਲੇ ਦੇ ਵਾਰਸ ਨੂੰ ਸਮੇਂ ਦੀ ਹਕੂਮਤ ਨੇ ਰਿੱਜ ਦੇ ਪਾਣੀ ਦੀ ਦੇਗ ਦੇ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ ਜਿਹਦਾ ਨਾਮ ਸੀ ਭਾਈ ਗੁਰਦੇਵ ਸਿੰਘ ਦੇਬੂ ਅੱਜ ਜਿਹੜੀ ਦਾਸਤਾਨ ਮੈਂ ਆਪ ਜੀਆਂ ਦੀ ਸੇਵਾ ਵਿੱਚ ਕਹਿਣ ਲੱਗਾ ਹਾਂ ਉਹਨੂੰ ਸਿੱਖ ਕੌਮ ਨੇ 21ਵੀਂ ਸਦੀ ਦਾ ਸ਼ਾਮ ਸਿੰਘ ਅਟਾਰੀ ਕਹਿ ਕੇ ਯਾਦ ਕੀਤਾ ਆ ਆਓ ਸੁਰਤ ਨੂੰ ਲੈ ਕੇ ਚੱਲੀਏ ਫਰੀਦਕੋਟ ਦੇ ਪਿੰਡ ਜਿਹਦਾ ਨਾਮ ਆ ਬੁੱਧ ਸਿੰਘ ਵਾਲਾ
ਮੌਜੂਦਾ ਸਮੇਂ ਦੇ ਵਿੱਚ ਮੋਗਾ ਜ਼ਿਲ੍ਹਾ ਬਣ ਗਿਆ ਅਤੇ ਮੋਗੇ ਜ਼ਿਲ੍ਹੇ ਵਿੱਚ ਇਹ ਪਿੰਡ ਆਉਂਦਾ। ਜਦੋਂ ਦੀ ਮੈਂ ਦਾਸਤਾਨ ਆਪ ਜੀਆਂ ਦੀ ਸੇਵਾ ਵਿੱਚ ਆਰੰਭ ਕਰਨ ਲੱਗਾ ਉਦੋਂ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਵਿੱਚ ਸੀ। ਬਾਪੂ ਕੇਹਰ ਸਿੰਘ ਰਹਿੰਦਾ ਪਿੰਡ ਦੇ ਵਿੱਚ, ਉਹਦੀ ਘਰਵਾਲੀ ਬਸੰਤ ਕੌਰ ਆ, ਰੱਬ ਦੀ ਭੈਣ ਔਰ ਭਾਵਣੀ ਵਿੱਚ ਰਹਿਣ ਵਾਲੇ ਆ। ਉਹਨਾਂ ਦੇ ਘਰ ਦੇ ਵਿੱਚ ਸੰਤਾਨ ਹੋਈ, ਪੁੱਤ ਦਾ ਨਾਮ ਰੱਖਿਆ ਗਿਆ ਨਛੱਤਰ ਸਿੰਘ। ਨਛੱਤਰ ਸਿੰਘ ਜਵਾਨ ਹੋਇਆ, ਉਹਦਾ ਵਿਆਹ ਬੀਬੀ ਸੁਰਜੀਤ ਕੌਰ ਦੇ ਨਾਲ ਕੀਤਾ ਗਿਆ। ਅਕਾਲ ਪੁਰਖ ਵਾਹਿਗੁਰੂ ਦੀ ਭੈ ਭਾਵਣੀ ਵਿੱਚ ਰਹਿਣ ਵਾਲੇ, ਸਿੱਖੀ ਨੂੰ ਪਿਆਰ ਕਰਨ ਵਾਲਾ ਇਹ ਪਰਿਵਾਰ ਆ। ਮਹਾਰਾਜ ਜੀਆਂ ਦੀ ਕਿਰਪਾ ਹੋਈ, ਘਰ ਦੇ ਵਿੱਚ ਨਛੱਤਰ ਸਿੰਘ ਅਤੇ ਬੀਬੀ ਸੁਰਜੀਤ ਕੌਰ ਦੇ ਘਰ ਦੇ ਵਿੱਚ ਪੰਜ ਬੱਚਿਆਂ ਦਾ ਜਨਮ ਹੋਇਆ। ਸਭ ਤੋਂ ਵੱਡੀ ਧੀ ਰਾਣੀ ਆ, ਜਿਹਦਾ ਨਾਮ ਹੈ ਚਰਨਜੀਤ ਕੌਰ। ਉਦੋਂ ਬਾਅਦ ਭਾਈ ਜਗਰੂਪ ਸਿੰਘ, ਉਦੋਂ ਬਾਅਦ ਭਾਈ ਕੁਲਵੰਤ ਸਿੰਘ, ਉਦੋਂ ਬਾਅਦ ਭਾਈ ਗੁਰਜੰਟ ਸਿੰਘ, ਉਦੋਂ ਬਾਅਦ ਭਾਈ ਜਸਵੰਤ ਸਿੰਘ। ਚਾਰ ਪੁੱਤ ਤੇ ਇੱਕ ਧੀ ਆ। ਚੌਥੇ ਨੰਬਰ ਵਾਲੇ ਬੱਚੇ ਦਾ ਮੈਂ ਜ਼ਿਕਰ ਕਰਨ ਲੱਗਾ, ਜਿਹਦਾ ਨਾਮ ਰੱਖਿਆ ਗਿਆ ਗੁਰਜੰਟ ਸਿੰਘ। 29 ਜੂਨ ਆ 1966 ਈਸਵੀ ਵਾਲੇ ਦਿਨ ਬੁੱਧ ਸਿੰਘ ਵਾਲੇ ਪਿੰਡ ਦੇ ਵਿੱਚ ਇਸ ਬੱਚੇ ਦਾ ਜਨਮ ਹੋਇਆ। ਬਚਪਨਾ ਆਮ ਜਿਹਾ ਸੀ, ਪੰਜਵੀਂ ਜਮਾਤ ਤੱਕ ਗਿਆ ਸਕੂਲ ਦੇ ਵਿੱਚ, ਅਤੇ ਉਦੋਂ ਬਾਅਦ ਕਹਿੰਦਾ ਮੈਂ ਸਕੂਲ ਦੇ ਵਿੱਚ ਨਹੀਂ ਜਾਣਾ। ਬਚਪਨਾ ਭਾਵੇਂ ਆਮ ਸੀ ਪਰ ਦੇਖਣ ਵਾਲੇ ਦੱਸਦੇ ਨੇ ਕਹਿੰਦੇ ਬੜਾ ਸ਼ਾਂਤ ਤਰੀਕੇ ਨਾਲ ਰਹਿੰਦਾ ਸੀ, ਸ਼ਾਂਤ ਰਹਿੰਦਾ ਸੀ, ਬਹੁਤਾ ਗਰਮੀ ਵਿੱਚ ਨਹੀਂ ਆਉਂਦਾ ਸੀ, ਤੈਸ਼ ਵਿੱਚ ਨਹੀਂ ਆਉਂਦਾ ਸੀ, ਸ਼ਾਂਤੀ ਵਿੱਚ ਜੀਵਨ ਬਤੀਤ ਕਰਦਾ ਪਿਆ। ਛੋਟੀ ਉਮਰ ਦੇ ਵਿੱਚ ਹੀ ਪਿੰਡ ਦੇ ਵਿੱਚ ਬੋਰੀਏ ਸਿੱਖ ਰਹਿੰਦੇ ਆ ਅਤੇ ਉਹ ਸ਼ਾਮ ਦੇ ਵਕਤ ਸ਼ਿਕਾਰ ਖੇਡਣ ਦੇ ਲਈ ਜਾਂਦੇ ਆ, ਉਹਨਾਂ ਦੇ ਨਾਲ ਸ਼ਿਕਾਰ ਖੇਡਣ ਤੁਰ ਪੈਂਦਾ ਅਤੇ ਸ਼ਿਕਾਰ ਦੇ ਵਿੱਚ ਨਿਪੁੰਨ ਹੋ ਗਿਆ। ਜਿੱਦਣ ਕਿਤੇ ਗੁਰਜੰਟ ਸਿੰਘ ਨੇ ਜਾਣਾ ਨਾ ਅਤੇ ਉਦਣ ਬੋਰੀਏ ਸਿੰਘਾਂ ਨੇ ਕਹਿਣਾ ਸਾਨੂੰ ਸ਼ਿਕਾਰ ਨਹੀਂ ਮਿਲਦਾ, ਉਹਨਾਂ ਨੇ ਆ ਕੇ ਕਹਿਣਾ ਬੇ ਜੰਟਿਆ ਅਕਸਰ ਹੀ ਸਾਡੇ ਪਿੰਡਾਂ ਵਿੱਚ ਰਿਵਾਜ਼ ਆ ਜਿਹੜਾ ਨਾਮ ਰੱਖਿਆ ਜਾਂਦਾ, ਉਦੋਂ ਬਾਅਦ ਉਸ ਨਾਮ ਨੂੰ ਤੋੜ ਕੇ ਛੋਟਾ ਨਾਮ ਰੱਖ ਦਿੱਤਾ ਜਾਂਦਾ ਜੋ ਗਲਤ ਆ, ਗੁਰਮਤਿ ਦੇ ਅਨੁਸਾਰ ਤਾਂ ਗਲਤ ਆ। ਬੱਚੇ ਦਾ ਪੂਰਾ ਨਾਮ ਸਿੰਘ ਔਰ ਕੌਰ ਲਾ ਕੇ ਲੈਣਾ ਚਾਹੀਦਾ। ਇਸੇ ਹੀ ਤਰੀਕੇ ਦੇ ਨਾਲ ਪਿੰਡ ਦੇ ਵਿੱਚ ਪਿੰਡ ਵਾਲਿਆਂ ਨੇ ਗੁਰਜੰਟ ਸਿੰਘ ਨੂੰ ਜੰਟਾ ਕਹਿਣਾ ਸ਼ੁਰੂ ਕਰ ਦਿੱਤਾ ਅਤੇ ਉਹਨਾਂ ਨੇ ਕਹਿਣਾ ਜੰਟਿਆ ਜਿੱਦਣ ਤੂੰ ਨਹੀਂ ਜਾਣਾ ਸਾਨੂੰ ਸ਼ਿਕਾਰ ਨਹੀਂ ਮਿਲਦਾ। ਅਤੇ ਗੁਰਜੰਟ ਸਿੰਘ ਜਦੋਂ ਸ਼ਿਕਾਰ ਖੇਡਦਾ ਤਾਂ ਆਲੇ ਦਰਜੇ ਦਾ ਸ਼ਿਕਾਰੀ ਜਿਵੇਂ ਹੁੰਦਾ ਇਸ ਤਰੀਕੇ ਦੇ ਨਾਲ ਨਿਸ਼ਾਨੇ ਕਲਾਉਂਦਾ। ਕੁਦਰਤ ਰਾਣੀ ਜਿੱਧਰ ਨੂੰ ਮਨੁੱਖ ਨੂੰ ਲੈ ਕੇ ਜਾਣਾ ਚਾਹੁੰਦੀ ਆ, ਕਈ ਵਾਰ ਉਹਦੇ ਬਚਪਨ ਤੋਂ ਉਦਾਂ ਦੇ ਹਾਲਾਤ ਬਣਾ ਦਿੰਦੀ ਆ। ਹੁਣ ਭਾਈ ਗੁਰਜੰਟ ਸਿੰਘ ਸ਼ਿਕਾਰ ਖੇਡਦਾ ਆ ਅਤੇ ਕੁਦਰਤ ਰਾਣੀ ਨੇ ਜਿੱਥੇ ਇਹ ਜਾਨਵਰਾਂ ਦਾ ਸ਼ਿਕਾਰ ਖੇਡਦਾ ਉੱਥੇ ਬੈਰੀਆਂ ਦੇ ਸ਼ਿਕਾਰ ਖੇਡਣ ਵਾਲੇ ਪਾਸੇ ਨੂੰ ਲੈ ਕੇ ਜਾਣਾ, ਤਾਂ ਹੀ ਉਹਨੂੰ ਬਚਪਨ ਦੇ ਵਿੱਚ ਸ਼ਿਕਾਰ ਖੇਡਣਾ ਸਿਖਾ ਦਿੱਤਾ ਗਿਆ। ਗੁਰਜੰਟ ਸਿੰਘ 18 ਵਰ੍ਹਿਆਂ ਦਾ ਹੋਇਆ, 18 ਵਰ੍ਹਿਆਂ ਦੇ ਮਾਰਚ ਮਹੀਨੇ ਤੱਕ ਉਹਨੂੰ ਇਹ ਨਹੀਂ ਪਤਾ ਸੀ ਵੀ ਸੰਘਰਸ਼ ਨਾਂ ਦੀ ਕੀ ਚੀਜ਼ ਆ, ਉਹਨੂੰ ਕੁਝ ਵੀ ਨਹੀਂ ਪਤਾ। 6 ਅਪ੍ਰੈਲ 1984 ਵਾਲੇ ਦਿਨ ਤੋਂ ਉਹਨੂੰ ਪਤਾ ਲੱਗਿਆ ਕੋਈ ਸੰਘਰਸ਼ ਵੀ ਚੱਲ ਰਿਹਾ ਹੈ, ਉਦੋਂ ਪਹਿਲਾਂ ਉਹਨੂੰ ਕੁਝ ਵੀ ਨਹੀਂ ਪਤਾ ਸੀ। ਸਮੇਂ ਦੀ ਸਰਕਾਰ ਨੇ ਭਾਈ ਜਗਜੀਤ ਸਿੰਘ ਰੋਡੇ, ਸੰਤ ਗਿਆਨੀ ਜਰਨੈਲ ਸਿੰਘ ਦੇ ਭਰਾ ਤਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਗੁਰਦੁਆਰਾ ਬੀਬੀ ਕਾਨ ਕੌਰ ਜੀ ਮੋਗਾ ਦੇ ਵਿੱਚ ਇੱਕ ਮੋਰਚਾ ਲੱਗਿਆ। ਉਸ ਮੋਰਚੇ ਦੇ ਉੱਤੇ ਸ਼ਾਂਤਮਈ ਤਰੀਕੇ ਦੇ ਨਾਲ ਮੋਰਚਾ ਲੱਗਿਆ ਅਤੇ ਸ਼ਾਂਤਮਈ ਤਰੀਕੇ ਦੇ ਨਾਲ ਵਿਰੋਧ ਕਰਨ ਦਾ ਸਾਰਿਆਂ ਨੂੰ ਅਧਿਕਾਰ ਆ, ਇਹ ਸੰਵਿਧਾਨ ਦਿੰਦਾ ਸਾਨੂੰ ਅਧਿਕਾਰ। ਸ਼ਾਂਤਮਈ ਤਰੀਕੇ ਦੇ ਨਾਲ ਵਿਰੋਧ ਕਰਦੇ ਸਿੱਖਾਂ ਦੇ ਉੱਤੇ 6 ਅਪ੍ਰੈਲ 1984 ਨੂੰ ਸਮੇਂ ਦੀ ਸਰਕਾਰ ਨੇ ਹਮਲਾ ਕਰ ਦਿੱਤਾ, ਬਹੁਤ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ, ਕਈਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਿਹੜੇ ਸ਼ਹੀਦ ਹੋਏ ਉਹਨਾਂ ਦੇ ਵਿੱਚ ਭਾਈ ਕੇਹਰ ਸਿੰਘ ਦਾ ਭਰਾ, ਯਾਨੀ ਕਿ ਭਾਈ ਗੁਰਜੰਟ ਸਿੰਘ ਦੇ ਦਾਦੇ ਦਾ ਭਰਾ, ਦਾਦਾ ਹੀ ਲੱਗਦਾ,
ਭਾਈ ਗੁਰਜੰਤ ਸਿੰਘ ਦੇ ਦਾਦੇ ਦਾ ਭਾ ਕਰਨੈਲ ਸਿੰਘ ਬੁੱਧ ਸਿੰਘ ਵਾਲਾ ਸ਼ਹੀਦ ਹੋਇਆ, ਹੱਥੀ ਸੰਸਕਾਰ ਕੀਤਾ। ਉਹਨੂੰ ਪਤਾ ਲੱਗਿਆ ਸਰਕਾਰ ਕਿੱਦਾਂ ਧੱਕਾ ਕਰਦੀ ਪਈ। 2 ਮਹੀਨੇ ਨਾ ਪੈਣ ਦਿੱਤੇ ਸਮੇਂ ਦੀ ਸਰਕਾਰ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਧਰਤੀ ਤੇ ਜੂਨ ਮਹੀਨੇ ਦੇ ਪਹਿਲੇ ਹਫ਼ਤੇ ਹਮਲਾ ਕਰ ਦਿੱਤਾ। ਇਸ ਗੱਲ ਦਾ ਬਹੁਤ ਗੁੱਸਾ ਸੀ ਤੇ ਸਰਕਾਰ ਨੇ ਇੱਥੇ ਹੀ ਨਹੀਂ ਕੇਵਲ ਅਟੈਕ ਕਰਵਾਇਆ ਸੱਚਖੰਡ ਸ੍ਰੀ ਦਰਬਾਰ ਸਾਹਿਬ, 37 ਗੁਰਦੁਆਰਿਆਂ ਦੇ ਉੱਤੇ ਹੋਰ ਅਟੈਕ ਕਰਾਇਆ। ਉਹਨਾਂ 37 ਗੁਰਦੁਆਰਿਆਂ ਦੇ ਵਿੱਚੋਂ ਗੁਰਦੁਆਰਾ ਸਿੰਘ ਸਭਾ ਮੋਗੇ ਦੀ ਧਰਤੀ ਤੇ ਉਸ ਗੁਰਦੁਆਰੇ ਉੱਤੇ ਵੀ ਅਟੈਕ ਹੋਇਆ। ਗੁਰਜੰਟ ਸਿੰਘ ਉੱਥੇ ਮੌਜੂਦ ਸੀ। ਗੁਰਜੰਟ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਹਿਲਾਂ ਤਾਂ ਪਰਿਵਾਰ ਨੂੰ ਪਤਾ ਹੀ ਨਹੀਂ ਗੁਰਜੰਟ ਸਿੰਘ ਜਿਉਂਦਾ ਕਿ ਸ਼ਹੀਦ ਹੋ ਚੁੱਕਾ ਆ। 20 ਜੂਨ ਵਾਲੇ ਦਿਨ ਜਦੋਂ ਪੇਸ਼ੀ ਹੋਈ, ਉਹ ਦਿਨ ਪਿੰਡ ਦੇ ਇੱਕ ਵਿਅਕਤੀ ਨੇ ਦੇਖਿਆ ਤੇ ਗੁਰਜੰਟ ਸਿੰਘ ਨੇ ਸੁਨੇਹਾ ਲਾਇਆ ਘਰਦਿਆਂ ਨੂੰ ਜਾ ਕੇ, ਦੱਸੀ ਮੈਂ ਹਲੇ ਜਿਉਂਦਾ ਆ। 2 ਸਾਲ ਦੀ ਕੈਦ ਕੱਟੀ। 2 ਸਾਲ ਦੀ ਕੈਦ ਕੱਟਣ ਬਾਅਦ ਜ਼ਮਾਨਤ ਦੇ ਉੱਤੇ ਰਿਹਾ ਹੋਇਆ। ਉਹ ਦਿਨ ਪ੍ਰਣ ਕਰ ਰਿਹਾ ਵੀ ਅਸੀਂ ਸਮੇਂ ਦੀ ਸਰਕਾਰ ਨੂੰ ਕੁਝ ਨਾ ਕੁਝ ਸਬਕ ਜ਼ਰੂਰ ਸਿਖਾਉਣਾ ਆ। ਕਈ ਚੀਜ਼ਾਂ ਦੇ ਵਿੱਚ ਨਾ ਬੋਲਿਆ। ਇਹਦੋਂ ਬਾਅਦ ਭਾਈ ਗੁਰਜੰਟ ਸਿੰਘ ਨੂੰ ਗ੍ਰਿਫਤਾਰ ਕਰਕੇ ਲੈ ਕੇ ਜਾਂਦੇ ਆ ਪੁਲਿਸ ਵਾਲੇ, ਪੰਚਾਇਤ ਜਾ ਕੇ ਛੜਾ ਲਿਆਉਂਦੀ ਆ। ਜਿੱਦਣ ਛੜਾ ਕੇ ਲਿਆਉਂਦੀ ਉਦਣ ਹੀ ਰਾਤ ਨੂੰ ਪੁਲਿਸ ਵਾਲੇ ਰਾਤ ਨੂੰ ਆਉਂਦੇ ਆ ਘਰ ਦੇ ਉੱਤੇ, ਆ ਕੇ ਛਾਪਾ ਮਾਰਦੇ ਆ। ਭਾਈ ਗੁਰਜੰਟ ਸਿੰਘ ਪਾਣੀ ਲਾਉਂਦਾ ਪਿਆ ਖੇਤਾਂ ਵਿੱਚ ਤੇ ਉਹ ਬਚ ਜਾਂਦਾ। ਉਦੋਂ ਬਾਅਦ ਉਹਨੇ ਫੈਸਲਾ ਕਰ ਲਿਆ ਤੇ ਅੱਜ ਤੋਂ ਬਾਅਦ ਮੈਂ ਘਰ ਨਹੀਂ ਰਹਿਣਾ, ਮੈਂ ਚੱਲਾ ਖਾੜਕੂ ਲਹਿਰ ਦੇ ਵਿੱਚ ਜਾਣ ਦੇ ਲਈ। ਸੱਚਾਈ ਇਹ ਵੀ ਕੋਈ ਘਰੇ ਜੰਮਿਆ ਖਾੜਕੂ ਨਹੀਂ ਪੈਦਾ ਹੋਇਆ, ਸਮੇਂ ਦੀ ਸਰਕਾਰ ਤੇ ਸਮੇਂ ਦੇ ਹਾਲਾਤਾਂ ਨੇ ਮਨੁੱਖ ਨੂੰ ਖਾੜਕੂ ਬਣਾਇਆ। ਹੁਣ ਭਾਈ ਸਾਹਿਬ ਤੁਰ ਪਏ, ਘਰ ਛੱਡ ਕੇ ਚਲੇ ਗਏ। ਭਾਈ ਪ੍ਰਿਆਮ ਸਿੰਘ ਖੱਪਿਆਂ ਵਾਲੀ ਉਹਦੀ ਸੰਗਤ ਵਿੱਚ ਆਏ, ਉਹਨਾਂ ਦੀ ਫੋਰਸ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸਮੇਂ ਦੀ ਸਰਕਾਰ ਨੇ 31 ਅਕਤੂਬਰ 1986 ਦੀ ਵਾਲੇ ਦਿਨ ਭਾਈ ਬਰਿਆਮ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ, ਉਹਦਾ ਮੁਕਾਬਲਾ ਬਣਾ ਦਿੱਤਾ ਗਿਆ। ਤੇ ਉਹਦੇ ਸੰਬੰਧ ਦੇ ਵਿੱਚ ਉਹਦੇ ਪਿੰਡ ਦੇ ਵਿੱਚ ਅੰਤਮ ਅਰਦਾਸ ਵਾਲਾ ਭੋਗ ਆ, ਤੇ ਉਸ ਭੋਗ ਦੇ ਵਿੱਚ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ 20,000 ਸਿੱਖ ਗਏ। 20,000 ਸਿੱਖਾਂ ਨੇ ਫੈਸਲਾ ਲਿਆ ਗੁਰਜੰਟ ਸਿੰਘ ਨੂੰ ਭਾਈ ਬਰਿਆਮ ਸਿੰਘ ਵਾਲੀ ਪੱਗ ਦਿੱਤੀ ਜਾਵੇ। ਉਦੋਂ ਬਾਅਦ ਮੂਵਮੈਂਟ ਕਰਨੇ ਸ਼ੁਰੂ ਕਰ ਦਿੱਤੀਆਂ ਗਈਆਂ। ਹੁਣ ਸਮੇਂ ਦੀ ਸਰਕਾਰ ਗੁਰਜੰਟ ਸਿੰਘ ਨੂੰ ਹੱਥ ਨਹੀਂ ਪਾ ਰਹੀ, ਪਰ ਉਹਦੇ ਪਰਿਵਾਰ ਨੂੰ ਟੌਰਚਰ ਕਰਦੀ ਪਈ ਆ। ਹੁਕਮ ਸਿੰਘ ਹੁਸਨ ਸਿੰਘ ਹੁਸਨਾ ਇੱਕ ਦਿਨ ਸਾਈਕਲ ਦੇ ਉੱਤੇ ਜਾ ਰਿਹਾ, ਇੱਕ ਬੰਦੇ ਨੇ ਦੇਖਿਆ ਉਹਦੇ ਵਾਲੇ, ਉਹਨੇ ਪਛਾਣ ਲਿਆ। ਉਹਨੇ ਹੁਸਨ ਸਿੰਘ ਹੁਸਨੇ ਨੂੰ ਕਿਹਾ, ਤੁਸੀਂ ਕਾਹਦੇ ਖਾੜਕੂ ਜਦ ਤੁਹਾਡਾ ਪਰਿਵਾਰ ਹੀ ਜ਼ੁਲਮ ਦੀ ਭੱਠੀ ਦੇ ਵਿੱਚ ਮਚਿਆ ਪਿਆ, ਤੁਹਾਡੇ ਪਰਿਵਾਰ ਦੇ ਉੱਤੇ ਕਿੰਨਾ ਜ਼ੁਲਮ ਕੀਤਾ ਜਾਂਦਾ, ਤੁਸੀਂ ਜੇ ਬਦਲਾ ਨਹੀਂ ਲੈ ਸਕਦੇ ਤੁਸੀਂ ਕਾਹਦੇ ਖਾੜਕੂ। ਇਹ ਗੱਲ ਹੁਸਨ ਸਿੰਘ ਹੁਸਨੇ ਨੇ ਜਾ ਕੇ ਭਾਈ ਗੁਰਜੰਟ ਸਿੰਘ ਨੂੰ ਦੱਸੀ। ਪਲੈਨਿੰਗ ਕੀਤੀ ਗਈ। ਇਹਦੇ ਵਿੱਚ ਭਾਈ ਲੱਖਾ ਸਿੰਘ, ਭਾਈ ਇਕਬਾਲ ਸਿੰਘ ਬੱਬਰ ਤੇ ਇਹਦੇ ਵਿੱਚ ਭਾਈ ਦਰਸ਼ਨ ਸਿੰਘ ਬਿੱਲਾ, ਇਹਨਾਂ ਦੀ ਡਿਊਟੀ ਲਗਾਈ ਗਈ। ਘਰ ਦੇ ਹਾਲਾਤ ਦੇਖ ਕੇ ਆਉਂਦੇ ਜਾਣ, ਇਹ ਤਿੰਨੇ ਜਾਣੇ ਬੁਲਟ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਘਰ ਦੇ ਹਾਲਾਤ ਦੇਖਣ ਗਏ। ਜਦੋਂ ਘਰ ਦੇ ਸਾਹਮਣੇ ਜਾ ਕੇ ਖੜੇ, ਘਰ ਦਾ ਗੇਟ ਨਹੀਂ ਆ, ਘਰ ਦੇ ਵਿੱਚ ਗੇਟ ਨਹੀਂ, ਅੰਦਰ ਗਏ, ਕਿੰਨਾ ਕਿੰਨਾ ਘਾਹ ਹੋਇਆ ਪਿਆ, ਖੁਰਨੀਆਂ ਵਿੱਚ ਘਾਹ ਹੋਇਆ ਪਿਆ, ਡੰਗਰ ਕੋਈ ਨਹੀਂ, ਕਮਰੇ ਵਿੱਚ ਵੜੇ, ਕਮਰੇ ਦੇ ਹਾਲਾਤ ਦੇਖਦੇ ਆ, ਗਾਰਡਰ ਤੇ ਬਾਲੇ ਪੁਲਸੀਏ ਲਾਹ ਕੇ ਲੈ ਚੁੱਕੇ ਆ। ਤਾਹਾਂ ਨਿਕਲ ਗਈਆਂ ਵੀ ਕਿੱਦਾਂ ਦੇ ਹਾਲਾਤ ਬਣੇ ਪਏ ਨੇ। ਪਰਿਵਾਰ ਬਾਰੇ ਕੁਝ ਨਹੀਂ ਪਤਾ, ਪਰਿਵਾਰ ਬਾਰੇ ਗੁਆਂਢੀਆਂ ਦੇਖਿਆ, ਚੰਨੂ ਵਾਲਾ ਪਿੰਡ ਦੇ ਵਿੱਚ ਗੁਰਜੰਟ ਸਿੰਘ ਦੀ ਭੈਣ ਚਰਨਜੀਤ ਕੌਰ ਵਿਆਹੀ ਹੋਈ ਆ, ਉਹਦੇ ਕੋਲੋਂ ਜਾ ਕੇ ਤੁਸੀਂ ਸਾਰੀ ਇਨਫੋਰਮੇਸ਼ਨ ਲੈ ਸਕਦੇ, ਸ਼ਾਇਦ ਉਹਨਾਂ ਨੂੰ ਪਤਾ ਹੋਵੇ ਕਿ ਹਾਲਾਤ ਕਿੱਦਾਂ ਦੇ ਬਣੇ, ਕਿੱਥੇ ਗਏ ਪਰਿਵਾਰ ਵਾਲੇ, ਉਹ ਸਾਰਾ ਕੁਝ ਤੁਹਾਨੂੰ ਦੱਸੇਗੀ। ਇਹ ਤਿੰਨੇ ਸਿੰਘ ਚੰਨੂ ਵਾਲਾ ਨਗਰ ਦੇ ਵਿੱਚ ਪਹੁੰਚੇ, ਉੱਥੇ ਜਾ ਕੇ ਜਦੋਂ ਗੇਟ ਖੁੱਲਿਆ ਹੋਇਆ ਸੀ, ਐਂਟਰੀ ਹੋਈ, ਸ਼ਾਮ ਦਾ ਵਕਤ ਆ ਤੇ ਗੁਰਜੰਟ ਸਿੰਘ ਦਾ ਜੀਜਾ ਪ੍ਰਸ਼ਾਦਾ ਛਕ ਰਿਹਾ ਤੇ ਭੈਣ ਚੌਂਕੇ ਵਿੱਚ ਪ੍ਰਸ਼ਾਦੇ ਪਕਾ ਰਹੀ ਆ। ਗੁਰਜੰਟ ਸਿੰਘ ਨੇ ਦੇ
ਜਦੋਂ ਇਹ ਗੁਰਜੰਟ ਸਿੰਘ ਦੇ ਜੀਜੇ ਨੇ ਦੇਖਿਆ ਕਿ ਓਪਰੇ ਦੇ ਬੰਦੇ ਅੰਦਰ ਆ ਰਹੇ ਤੇ ਉਹਨੇ ਕੰਧ ਟੱਪਣ ਦੀ ਕੋਸ਼ਿਸ਼ ਕੀਤੀ ਤੇ ਇੰਨੇ ਚਿਰ ਨੂੰ ਭਾਈ ਸਾਹਿਬ ਹੋਰਾਂ ਨੇ ਆਵਾਜ਼ ਮਾਰੀ, ਅਸੀਂ ਪੁਲਸੀਏ ਨਹੀਂ, ਅਸੀਂ ਗੁਰਜੰਟ ਸਿੰਘ ਦੇ ਮਿੱਤਰ ਆ, ਭਾਈ ਆ ਜਾਣ ਆ ਕਿਤੇ, ਆ ਜਾ ਬਾਪ। ਭਾਈ ਆਇਆ, ਗੱਲਾਂ ਬਾਤਾਂ ਹੋਈਆਂ, ਭਾਈ ਆ ਪਾਣੀ ਦੀ ਵਾਰੀ ਨੂੰ ਲੈ ਕੇ ਪਾਣੀ ਲਾਉਣ ਚਲਿਆ ਗਿਆ ਖੇਤਾਂ ਵਿੱਚ। ਉਹ ਕਹਿੰਦਾ ਆਪਣੀ ਭੈਣ ਦੇ ਨਾਲ ਗੱਲਾਂ ਕਰੋ। ਭੈਣ ਦੇ ਨਾਲ ਸਸਰੀਆਂ ਗੱਲਾਂ ਸ਼ੁਰੂ ਹੋਈਆਂ। ਉਹਦੇ ਬਾਅਦ ਪੁੱਛਿਆ ਪਰਿਵਾਰ ਕਿੱਥੇ ਆ, ਭੈਣ ਨੇ ਜਿਹੜੇ ਸਾਰੀਆਂ ਗੱਲਾਂ ਬਾਤਾਂ ਦੱਸ ਦਿੱਤੀਆਂ ਤੇ ਇਹਨਾਂ ਵੀਰਾਂ ਨੂੰ ਇੱਕ ਗੱਲ ਕਹੀ, ਗੁਰਜੰਟ ਸਿੰਘ ਨੂੰ ਇੱਕ ਮੇਰਾ ਸੁਨੇਹਾ ਦੇ ਕੇ ਆਇਓ, ਜਿਹੜਾ ਸੁਨੇਹਾ ਭੈਣ ਨੇ ਇਹਨਾਂ ਤਿੰਨਾਂ ਸਿੰਘਾਂ ਨੂੰ ਦਿੱਤਾ ਗੁਰਜੰਟ ਸਿੰਘ ਨੂੰ ਦੇਣ ਦੇ ਲਈ। ਢਾਡੀ ਸਿੰਘ ਆਪ ਜੀਆਂ ਦੀ ਸੇਵਾ ਵਿੱਚ ਇਉਂ ਕਹਿ ਰਹੇ। ਬਾਬੂ ਜੀ ਨੂੰ ਤੱਤੀ ਲੰਘ ਵਿੱਚ ਵਾਰਦਾ ਪਿਤਾ ਜੀ ਨੂੰ।
ਸੀਨਾ ਸਾੜਤਾ ਜਗਰੂਪ ਸਿੰਘ ਜੀ ਦਾ ਬਾਪੂ ਨੂੰ ਪੁਲਿਸ ਵਾਲੇ ਫੜ ਕੇ ਲੈ ਗਏ। ਜਦੋਂ ਦਾ ਬਾਘੇ ਪੁਰਾਣੇ ਮਿੱਤੂ ਥਾਣੇਦਾਰ ਆਇਆ, ਇਹਦਾ ਨਾਂ ਸੀ ਮਿੱਤ ਸਿੰਘ, ਇਹਨੇ ਸਾਡੇ ਉੱਤੇ ਤਸ਼ੱਦਦ ਕਰਨਾ ਸ਼ੁਰੂ ਕੀਤਾ। ਬਾਪੂ ਨੂੰ ਪਿੰਡੋਂ ਗ੍ਰਿਫਤਾਰ ਕਰਕੇ ਲੈ ਕੇ ਗਿਆ ਬਾਘੇ ਪੁਰਾਣੇ ਚੌਂਕ ਦੇ ਵਿੱਚ, ਉਹਨੂੰ ਨਿਰਵਸਤਰ ਕਰ ਦਿੱਤਾ। ਕੇਵਲ ਤੇ ਕੇਵਲ ਉਹਦੇ ਤੇੜ ਕਛਹਿਰਾ ਸੀ, ਬਾਕੀ ਉਹਦੇ ਕੱਪੜੇ ਲਾ ਦਿੱਤੇ ਗਏ। ਗਰਮੀ ਦੇ ਦਿਨ ਸਨ, ਉਹਨੂੰ ਬਹੁਤ ਕੁੱਟਿਆ ਉਹਨੇ। ਇੱਥੇ ਹੀ ਬਸ ਨਾ ਕੀਤੀ,
ਉਹਨੇ ਗਰਮ ਲੁੱਕ ਦੇ ਡਰੰਮ ਦੇ ਵਿੱਚ ਪਾ ਕੇ ਉਹਨਾਂ ਦਾ ਲੱਤਾਂ ਨੂੰ ਸਾੜ ਦਿੱਤਾ ਗਿਆ, ਲੱਕ ਤੋਂ ਥੱਲੇ ਵਾਲਾ ਪਾਸਾ ਸਾੜਾ ਸਾੜ ਦਿੱਤਾ ਗਿਆ। ਬਾਪੂ ਉੱਥੇ ਸ਼ਹੀਦ ਹੋ ਗਿਆ। ਭੈਣ ਨੇ ਇਹ ਸਾਰੀਆਂ ਗੱਲਾਂ ਬਾਤਾਂ ਦੱਸੀਆਂ ਕਿ ਮਿੱਤੂ ਨੇ ਇੱਥੇ ਬਸ ਨਹੀਂ ਕੀਤੀ, ਉਹ ਸਾਡੇ ਘਰ ਵੀ ਚੜ੍ਹਾਈ ਕਰਕੇ ਆਉਂਦਾ ਆ, ਤੇਰੇ ਜੀਜੇ ਨੂੰ ਚੁੱਕ ਕੇ ਲੈ ਜਾਂਦਾ ਆ, ਉਹਨੂੰ ਕਰੰਟ ਲਗਾਇਆ ਜਾਂਦਾ, ਬਿਜਲੀਆਂ ਲਗਾਈਆਂ ਜਾਂਦੀਆਂ। ਇੱਕ ਦਿਨ ਮੈਨੂੰ ਵੀ ਨਾਲ ਲੈ ਗਿਆ ਜੀਪ ਦੇ ਵਿੱਚ ਬਿਠਾ ਕੇ, ਉਹਨੇ ਜੀਪ ਦੇ ਅੱਗੇ ਅੱਗੇ ਦੌੜਾ ਕੇ ਮੈਨੂੰ ਗਾਲਾਂ ਵੀ ਕੱਢੀਆਂ, ਮੇਰੇ ਲਈ ਬਹੁਤ ਅਪਸ਼ਬਦ ਵਰਤੇ। ਅਤੇ ਮੈਂ ਆਪਣੇ ਭਰਾ ਨੂੰ ਇਹ ਕਹਿਣਾ ਚਾਹੁੰਦੀ ਹਾਂ, ਜੇ ਵਾਕਈ ਤੂੰ ਖਾੜਕੂ ਆ ਤਾਂ ਮੈਨੂੰ ਸ਼ਕਲ ਉਦੋਂ ਦਿਖਾਈ ਜਦੋਂ ਉਸ ਮਿੱਤੂ ਥਾਣੇਦਾਰ ਨੂੰ ਸੋਧ ਕੇ ਆਵੇਂ। ਭੈਣ ਨੇ ਇਹ ਗੱਲਾਂ ਕੀਤੀਆਂ। ਇੱਕ ਪਾਸੇ ਤਾਂ ਸਰਕਾਰ ਇਹਨਾਂ ਖਾੜਕੂਆਂ ਨੂੰ ਅੱਤਵਾਦੀ ਦੱਸਦੀ ਆ, ਅਤੇ ਜਿਹੜੇ ਕਾਨੂੰਨ ਦੇ ਰੱਖਿਆ ਕਿਆ ਕਾਨੂੰਨ ਦੇ ਰਾਖੇ ਬਣੇ ਫਿਰਦੇ ਆ, ਉਹ ਆਮ ਲੋਕਾਂ ਨੂੰ ਘਰਾਂ ਵਿੱਚ ਜਾ ਕੇ ਪਰੇਸ਼ਾਨ ਕਰਦੇ ਪਏ ਆ। ਕਾਨੂੰਨ ਦੇ ਰੱਖਿਆ ਕਿਆਂ ਦਾ ਤਾਂ ਫਰਜ਼ ਬਣਦਾ ਆ ਕਿ ਆਪਣੇ ਨਾਗਰਿਕਾਂ ਨੂੰ ਸੁਰੱਖਿਆ ਦੇਣੀ, ਨਾ ਕਿ ਉਹਨਾਂ ਨੂੰ ਪਰੇਸ਼ਾਨ ਕਰਨਾ। ਇਹਨਾਂ ਨੇ ਪਰੇਸ਼ਾਨ ਕੀਤਾ, ਅਤੇ ਜਿਹਨਾਂ ਨੂੰ ਸਰਕਾਰ ਅੱਤਵਾਦੀ ਦੱਸਦੀ ਆ। ਜਦੋਂ ਪੂਨੇ ਦੀ ਧਰਤੀ ਦੇ ਉੱਤੇ ਜਰਨਲ ਬੈਦਾ ਮਾਰਿਆ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਅਤੇ ਭਾਈ ਨਿਰਮਲ ਸਿੰਘ ਨਿੰਮੇ, ਉਹਨਾਂ ਨੇ ਜਾ ਕੇ, ਇਹ ਜਰਨਲ ਬੈਦਾ ਉਹ ਸੀ ਜਿਹੜਾ ਸੱਚਖੰਡ ਦਰਬਾਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਫੌਜਾਂ ਦਾ ਮੁਖੀ ਬਣ ਕੇ ਆਇਆ ਸੀ। ਜਦੋਂ ਪੂਨੇ ਦੀ ਧਰਤੀ 'ਤੇ ਮਾਰ ਦਿੱਤਾ ਇਹਨੂੰ, ਅਤੇ ਤਿੰਨੇ ਸਿੱਖ ਗ੍ਰਿਫਤਾਰ ਹੋ ਚੁੱਕੇ ਆ। ਇਹਨਾਂ ਦੀ ਰਿਹਾਈ ਵਾਸਤੇ ਰੋਮਾਨੀਆ ਦਾ ਰਾਜਦੂਤ ਜਿਹਦਾ ਨਾਮ ਹੈ ਲਿਬੀਓ ਰਾਦੂ, ਭਾਈ ਗੁਰਜੰਟ ਸਿੰਘ ਹੋਣਾਂ ਨੇ ਅਗਵਾਹ ਕਰ ਲਿਆ ਉਹਨੂੰ। ਉਹਨੂੰ ਅਗਵਾਹ ਕੀਤਾ, ਪਹਿਲਾਂ 6 ਦਿਨ ਦਿੱਲੀ ਦੀ ਧਰਤੀ 'ਤੇ ਰੱਖਿਆ। ਇਹ ਭਾਈ ਮਨਿੰਦਰ ਸਿੰਘ ਬਾਜਾ ਦੀ ਕਿਤਾਬ ਦੇ ਵਿੱਚੋਂ ਮੈਂ ਕਹਿ ਰਿਹਾ, 6 ਦਿਨ ਦਿੱਲੀ ਦੀ ਧਰਤੀ 'ਤੇ ਰੱਖਿਆ, ਫਿਰ ਪੰਜਾਬ ਦੀ ਧਰਤੀ 'ਤੇ ਲੈ ਆਏ ਕਿਸੇ ਤਰੀਕੇ ਨਾਲ ਬਾਅਦ 'ਚ ਬਚਾ ਕੇ। ਪੰਜਾਬ ਦੀ ਧਰਤੀ ਦੇ ਉੱਤੇ ਸੁੰਨਸਾਨ ਜਗ੍ਹਾ ਦੇ ਉੱਤੇ ਉਹਨੂੰ ਰੱਖਿਆ ਗਿਆ, ਅਤੇ 48 ਦਿਨ ਰੱਖਣ ਤੋਂ ਬਾਅਦ 49ਵੇਂ ਦਿਨ ਉਹਦੀ ਰਿਹਾਈ ਕਰ ਦਿੱਤੀ, 50ਵੇਂ ਦਿਨ ਉਹ ਆਪਣੇ ਘਰ ਚਲਿਆ ਗਿਆ। ਦਿੱਲੀ ਦੀ ਧਰਤੀ 'ਤੇ ਆਪ ਛੱਡ ਕੇ ਆਏ, ਉਹਨੂੰ ਟੈਕਸੀ ਕਰਕੇ ਦਿੱਤੀ, ਟੈਕਸੀ ਵਿੱਚ ਵੀ ਆਪ ਬੈਠ ਕੇ ਉਹਦੇ ਘਰ ਤੱਕ ਛੱਡ ਕੇ ਆਏ। ਉਹਨੂੰ ਸਰਦਾਰ ਬਣਿਆ ਪਿਆ ਸੀ, ਉਹਦਾ ਦਾੜਾ ਕਿੱਡਾ ਲੰਮਾ ਹੋਇਆ ਪਿਆ ਸੀ, ਉਹਦੇ ਪੱਗ ਬੰਨੀ ਹੋਈ ਸੀ, ਉਹਨੂੰ ਪਹੁੰਤਿਆਂ ਨੇ ਪਛਾਣਿਆ ਨਹੀਂ, ਉਹਦਾ ਸਰੀਰ ਬੜਾ ਭਰ ਚੁੱਕਾ ਸੀ, ਮੋਟਾ ਹੋ ਚੁੱਕਾ ਸੀ। ਜਿਹਨਾਂ ਨੂੰ ਅੱਤਵਾਦੀ ਸਰਕਾਰ ਦੱਸਦੀ ਸੀ ਉਹਨਾਂ ਨੂੰ ਤਾਂ ਉਹਦੀ ਦਵਾਈ ਦਾ ਫਿਕਰ ਵੀ ਸੀ, ਉਹਨਾਂ ਨੇ ਦਵਾਈ ਕਰਕੇ, ਕਿਉਂਕਿ ਉਹ ਹਾੜ ਦਾ ਮਰੀਜ਼ ਸੀ, ਰੋਮਾਨੀਆ ਦਾ ਰਾਜਦੂਤ, ਉਹਦੀ ਦਵਾਈ ਦੇ ਲਈ ਉਹਦੀ ਘਰਵਾਲੀ ਨੂੰ ਫੋਨ ਕੀਤਾ, ਦੇਵਪਾਲ ਸਿੰਘ ਭਾਈ, ਉਹ ਫੋਨ ਕਰਦਾ ਪਿਆ ਸੀ ਅਤੇ ਪੁਲਿਸ ਨੇ ਟਰੈਕ ਕਰ ਲਿਆ ਵੀ ਕਿੱਥੋਂ ਇਹ ਕਾਲ ਇਹਦੇ ਘਰ 'ਤੇ ਜਾ ਰਹੀ ਆ। ਬੂਥ ਦੇ ਵਿੱਚ ਖੜ੍ਹੇ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਜਦੋਂ ਉਹਨੂੰ ਵਾਪਸ ਛੱਡ ਕੇ ਆਈ ਤਾਂ ਸਰਕਾਰ ਪੱਬਾ ਭਾਰ ਹੋ ਗਈ, ਬਈ ਵਿਦੇਸ਼ਾਂ ਦੀ ਧਰਤੀ ਤੱਕ ਇਹਦੀ ਗੱਲ ਪਹੁੰਚਣੀ, ਰਾਜਦੂਤ ਕਿਡਨੈਪ ਕੀਤਾ। ਉਹਨਾਂ ਨੇ ਕਾਨਫਰੰਸ ਕੀਤੀ ਦੂਜੇ ਦਿਨ, ਅਤੇ ਕਾਨਫਰੰਸ ਦੇ ਵਿੱਚ ਰਾਦੂ ਦੇ ਜਿਹੜੇ ਬਿਆਨ ਸੀ ਉਹ ਬੜੇ ਕਮਾਲ ਵਾਲੇ ਸਨ। ਉਹ ਕਹਿਣ ਲੱਗਾ, ਉਹਨਾਂ ਨੇ ਮੇਰਾ ਬੜਾ ਸਤਿਕਾਰ ਕੀਤਾ, ਕੋਈ ਦੁੱਖ ਨਹੀਂ ਦਿੱਤਾ, ਕੋਈ ਟੋਰਚਰ ਨਹੀਂ ਕੀਤਾ, ਕੋਈ ਮੈਨੂੰ ਧਮਕੀ ਨਹੀਂ ਦਿੱਤੀ, ਕੋਈ ਮੈਨੂੰ ਮਾਰਿਆ ਨਹੀਂ, ਸਗੋਂ ਉਹ ਮੇਰੀ ਸਿਹਤ ਦਾ ਖਿਆਲ ਰੱਖਦੇ ਸਨ, ਉਹ ਮੈਨੂੰ ਰੋਜ਼ ਅਖਬਾਰ ਅੰਗਰੇਜ਼ੀ ਦੀ ਪ੍ਰੋਵਾਈਡ ਕਰਾਉਂਦੇ ਸਨ, ਰਸਾਲੇ ਲਿਆ ਕੇ ਦਿੰਦੇ ਸਨ, ਮੈਨੂੰ ਕੋਈ ਵੀ ਉਹਨਾਂ ਨੇ ਟੋਰਚਰ ਨਹੀਂ ਕੀਤਾ। ਨਾਲ ਹੀ ਉਹਦੀ ਘਰਵਾਲੀ ਬੈਠੀ ਆ ਜਿਹਦਾ ਨਾਮ ਆ ਕਟਰੀਨਾ ਰਾਦੂ, ਉਹਨੇ ਕਾਨਫਰੰਸ ਨੂੰ ਸੰਬੋਧਨ ਕਰਦੇ ਕਿਆ ਕਹਿਣ ਲੱਗੀ, ਜਿੰਨੀ ਦੇਰ ਤੱਕ ਤਾਂ ਇਹ ਘਰ ਦੇ ਵਿੱਚ ਸੀ ਇਹ ਬੜਾ ਪਤਲਾ ਸੀ, ਖਾੜਕੂਆਂ ਨੇ ਇਹਨੂੰ ਇੰਨਾ ਖਿਲਾਇਆ, ਇਹਦਾ ਭਾਰ ਕਿੰਨਾ ਵੱਧ ਚੁੱਕਾ ਆ। ਜਿਹਨਾਂ ਨੂੰ ਅੱਤਵਾਦੀ ਸਰਕਾਰ ਦੱਸਦੀ ਸੀ ਉਹ ਬੜੇ ਰਹਿਮ ਦੇ ਲਿਆ, ਅਤੇ ਜਿਹੜੇ ਕਾਨੂੰਨ ਦੇ ਰਾਖੇ ਬਣੇ ਪਏ ਨੇ ਉਹ ਅੱਤਵਾਦੀ ਬਣੇ ਪਏ ਨੇ। ਹੁਣ ਮਿੱਤੂ ਥਾਣੇਦਾਰ ਦੇ ਸਾਰੇ ਕਾਰਨਾਮੇ ਦੱਸੇਗਾ, ਤਿੰਨਾਂ ਸਿੱਖਾਂ ਦੇ ਮਨ ਦੇ ਵਿੱਚ ਰੋਹ ਆਇਆ, ਉਹ ਛੇਤੀ ਕਿਤੇ ਨਾ ਭਾਈ ਗੁਰਜੰਟ ਸਿੰਘ ਦੇ ਕੋਲ ਪਹੁੰਚੇ ਆ, ਸਾਰੀ ਗੱਲਬਾਤ ਦੱਸੀ। ਭਾਈ ਗੁਰਜੰਟ ਸਿੰਘ ਕਹਿਣ ਲੱਗਾ, ਆਪਾਂ ਪਰਿਵਾਰਕ ਝਮੇਲਿਆਂ ਲਈ, ਪਰਿਵਾਰਕ ਲੜਾਈਆਂ ਦੇ ਲਈ ਨਹੀਂ ਇੱਥੇ ਇਕੱਠੇ ਹੋਏ, ਇਹ ਸੰਘਰਸ਼ ਵਿੱਚ ਕੁੱਦੇ, ਆਪਾਂ ਤਾਂ ਪੰਥ ਦੇ
ਵਾਸਤੇ, ਕੌਮ ਦੇ ਭਲੇ ਵਾਸਤੇ ਇੱਥੇ ਆਏ ਹੋ। ਆਪਾਂ ਨੇ ਪਰਿਵਾਰਕ ਲੜਾਈ ਲੜਨੀ ਤੇ ਸਿੱਖਾਂ ਨੇ ਕਿਹਾ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਪਿਤਾ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੂੰ ਜਦੋਂ ਚੰਦੂ ਨੇ ਸ਼ਹੀਦ ਕਰਵਾਇਆ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਦਲਾ ਨਹੀਂ ਲਿਆ, ਸਾਨੂੰ ਵੀ ਬਦਲਾ ਲੈਣਾ ਚਾਹੀਦਾ। ਅਸੀਂ ਜ਼ੁਲਮ ਜਿਹੜੇ ਕਰ ਰਹੇ ਹਾਂ ਉਹਨਾਂ ਦਾ ਮੂੰਹ ਤੋੜ ਜਵਾਬ ਦੇਣ ਲਈ ਜਾ ਰਹੇ ਹਾਂ, ਨਾ ਕਿ ਆਪਾਂ ਕਿਸੇ ਦੇ ਉੱਤੇ ਅਤਿਆਚਾਰ ਕਰਨ ਦੇ ਲਈ ਜਾ ਰਹੇ। ਤਿਆਰੀ ਹੋ ਗਈ, ਭਾਈ ਹੁਸਨ ਸਿੰਘ ਹੁਸਨੇ ਦੀ ਡਿਊਟੀ ਲੱਗੀ ਵੀ ਤੂੰ ਸਾਰਾ ਉਹਦਾ ਟਾਈਮ ਨੋਟ ਕਰਨਾ ਵੀ ਤੂੰ ਕਿੱਥੋਂ ਆਉਂਦਾ ਕਿੱਥੇ ਜਾਂਦਾ ਹੈ, ਸਾਰਾ ਟਾਈਮ ਨੋਟ ਕਰਨਾ। ਸਬਜ਼ੀ ਵਾਲਾ ਬਣ ਕੇ ਉਹਨੇ ਟਾਈਮ ਨੋਟ ਕਰ ਲਿਆ, ਸਿੰਘਾਂ ਨੂੰ ਖਬਰ ਦੇ ਦਿੱਤੀ ਆ ਵੀ ਸਿੰਘੋ ਇੰਨੇ ਵਜੇ ਉਹ ਆਪਣੇ ਘਰੋਂ ਨਿਕਲਦਾ, 9 ਵਜੇ ਉਹ ਦਫ਼ਤਰ ਦੇ ਵਿੱਚ ਪਹੁੰਚਦਾ, ਥਾਣੇ ਵਿੱਚ ਜਾਂਦਾ ਤੇ ਉਹ ਬਹੁਤ ਵਧੀਆ ਸਮਾਂ ਹੋਵੇਗਾ ਜਦੋਂ ਆਪਾਂ ਉਹਨੂੰ ਮਾਰ ਮੁਕਾਵਾਂਗੇ। ਪਹਿਲਾਂ ਭਾਈ ਹੁਸਨ ਸਿੰਘ ਹੁਸਨੇ ਨੇ ਇਹ ਦੱਸ ਦਿੱਤਾ ਵੀ ਮਿੱਤੂ ਤੂੰ ਆਪਣਾ ਪੜਿਆ ਵਿਚਾਰ ਲਈ, ਅਸੀਂ ਥੋੜੇ ਦਿਨਾਂ ਤੱਕ ਤੇਰਾ ਸੋਧਾ ਲਾਉਣ ਦੇ ਲਈ ਆ ਰਹੇ ਹਾਂ, ਤੇਰੇ ਦਿਨ ਥੋੜੇ। ਹੁਣ ਗੁਰੂ ਕੇ ਵੀਰ ਬਹਾਦਰ ਸੂਰਮੇ ਤਿਆਰ ਨੇ, ਕੁਝ ਦਿਨਾਂ ਦਾ ਵਕਫਾ ਪਿਆ, 15 ਸਤੰਬਰ 1987 ਦਾ ਦਿਨ ਚੜਿਆ, ਸਿੰਘ ਸੂਰਮੇ ਤਿਆਰ ਆ, ਭਾਈ ਹੁਸਨ ਸਿੰਘ ਹੁਸਨਾ ਅੰਬ ਲੈ ਕੇ ਸਾਈਕਲ ਦੇ ਉੱਤੇ ਅੰਬ ਵੇਚਦਾ ਤੇ ਨਾਲੇ ਇਹਨਾਂ ਨੂੰ ਇਤਲਾਹ ਕਰਦਾ ਜਾ ਰਿਹਾ। ਉਹ ਕਹਿੰਦਾ ਜਦੋਂ ਮੈਂ ਕਹਾਂਗਾ ਅੰਬ ਬੜੇ ਮਿੱਠੇ ਆ ਤੇ ਤੁਸੀਂ ਤਿਆਰ ਹੋ ਜਾਣਾ, ਜਦੋਂ ਮੈਂ ਕਹਾਂਗਾ ਅੰਬ ਛੁਪਾ ਦਿਓ ਤੇ ਤੁਸੀਂ ਆਪਣੀਆਂ ਰਾਈਫਲਾਂ ਦੇ ਨਾਲ ਅਟੈਕ ਕਰ ਦੇਣਾ। ਪਹਿਲੋ ਗੁਰੂ ਕੇ ਬਲੀ ਬਹਾਦਰ ਸੂਰਮੇ ਪਹੁੰਚ ਚੁੱਕੇ ਥਾਣੇ ਦੇ ਸਾਹਮਣੇ, ਮਿੱਤੂ ਥਾਣੇਦਾਰ ਆਇਆ, ਉਹ ਤੁਰਿਆ ਆ ਰਿਹਾ, ਸਿੰਘਾਂ ਦੀ ਮਾਰ ਦੀ ਹੇਠ ਆਇਆ, ਗੁਰਜਾਜ ਸਿੰਘ ਨੇ ਲਲਕਾਰ ਰਿਹਾ, ਸਤਿ ਸ੍ਰੀ ਅਕਾਲ ਦਾ ਜਗਾਰਾ ਛੱਡਿਆ, ਉਹ ਗਗਨ ਮੰਦਾ ਬਾਜੋ ਪਰਿਓ ਨਿਸ਼ਾਨਾ ਕਿਉਂ ਬਾਜੋ ਸੂਰਮਾ ਆਪ ਜੂਜਣ ਕੋ ਪੂਰਾ ਸੋ ਪਹਿਚਾਨੀਆਂ ਜੋ ਲੜੇ ਦੀਨ ਕੇ ਦਰਜਾ ਘੱਟ ਮਰਿਆ ਕਾਬੂ ਨਾ ਛੱਡ ਹੈ ਸੂਬੇ ਦੇ ਧੋਲੇ ਫਿਰ ਰੋਜ ਆ ਗਿਆ, ਅੱਖਾਂ ਟੁੰਬੀਆਂ ਗਈਆਂ ਪਾ ਕੇ ਮੱਥੇ ਤੇ ਅੱਖਾਂ ਦੇ ਬਾਅਦ ਬਈ ਕਾਰ 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 ਕਰਦੀਆਂ ਗੋਲੀਆਂ ਜਿਹੜਾ ਪੜ ਕੇ ਹੈਵਾਨ ਫਿਰੇ ਕੰਬਦਾ।
ਸਿੱਧੀ ਕੀਤੀ ਇਹਦੀ ਛਾਤੀ ਵੱਲ ਤੇ ਖਾਲੀ ਕਰ ਦਿੱਤੀ ਥਾਂ ਹੀ ਮਿੱਤੂ ਮਾਰ ਦਿੱਤਾ।
ਇਹਨੇ ਨਾਲ ਹੀ ਕਿਹਾ ਸੀ ਮੈਂ ਮੁਤਵਾ ਤੂੰ ਸਾਨੂੰ ਪੜ੍ਹਿਆ ਨਹੀਂ, ਜੇ ਸਾਡਾ ਇਤਿਹਾਸ ਪੜ੍ਹ ਲੈਂਦਾ ਤੈਨੂੰ ਚੇਤੇ ਹੋਣਾ ਸੀ। ਅਸੀਂ ਤਾਂ ਜੇ ਕੋਈ ਭਾਜੀ ਪਾ ਕੇ ਜਾਵੇ ਲੰਡਨ ਦੇ ਵਿੱਚ ਜਾ ਕੇ ਮਾਰ ਕੇ ਆਉਂਦੇ ਹਾਂ, ਤੂੰ ਤਾਂ ਪੰਜਾਬ ਦੀ ਧਰਤੀ 'ਤੇ ਤੁਰਿਆ ਫਿਰਦਾ ਸੀ। ਗੁਰੂ ਕੇ ਬਲੀ ਬਹਾਦਰਾਂ ਨੇ ਬਦਲਾ ਲੈ ਲਿਆ। ਦਿੱਤਾ ਹੋਇਆ ਸਮਾਂ ਮੇਰਾ ਸਮਾਪਤ ਆ। ਸਤਿਕਾਰਯੋਗ ਪੰਥ ਦਾ ਸਨਮਾਨਿਆ ਹੋਇਆ ਰਾਗੀ ਜੱਥਾ ਭਾਈ ਸੰਤੋਖ ਸਿੰਘ ਜੀ ਜਲੰਧਰ ਵਾਲੇ, ਉਹ ਆਪ ਜੀਆਂ ਦੇ ਸਨਮੁੱਖ ਸੱਜਣ ਵਾਲੇ ਨੇ, ਉਹਨਾਂ ਨੇ ਆਪ ਜੀਆਂ ਨੂੰ ਰੱਬੀ ਕੀਰਤਨ ਦੇ ਨਾਲ ਨਿਹਾਲ ਕਰਨਾ, ਮੈਂ ਉਹਨਾਂ ਨੂੰ ਜਿਉਂ ਆਇਆ ਆਖਦਾ ਸੰਗਤ ਵਿੱਚ ਸਜੇ ਬੈਠੇ ਨੇ। ਸਾਡੇ ਵੱਲੋਂ ਬਹੁਤ ਸਾਰੀਆਂ ਗਲਤੀਆਂ ਭੁੱਲਾਂ ਕੀਤੀਆਂ ਹੋਣਗੀਆਂ, ਗੁਰੂ ਕੀ ਸੰਗਤ 'ਤੇ ਗੁਰੂ ਬਖਸ਼ਿਸ਼ ਕਰਨ, ਅੱਗੇ ਵਾਸਤੇ ਤੋਂ ਸਾਨੂੰ ਸਮਤ ਬਖਸ਼ਿਸ਼ ਕਰਨ। ਸਾਰੀ ਪ੍ਰਬੰਧਕ ਕਮੇਟੀ ਦਾ ਤਹਿ ਦਿਲ ਤੋਂ ਧੰਨਵਾਦ। 3 ਸਾਲ ਹੋ ਗਏ ਅਸੀਂ 3 ਸਾਲ ਤੋਂ ਢਾਡੀ ਜਥਾ ਬਣਾਇਆ ਅਤੇ 3 ਸਾਲ ਅਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੇ। ਗਰੀਬ ਨਵਾਜੀ ਕਰਨ ਦੇ ਲਈ ਮੈਂ ਸਮੁੱਚੀ ਪ੍ਰਬੰਧਕ ਕਮੇਟੀ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ। ਸਤਿਕਾਰਯੋਗ ਗਿਆਨੀ ਸ਼ੰਗਾਰਾ ਸਿੰਘ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ। ਸਾਰੀ ਨਗਰ ਨਿਵਾਸੀਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ। ਬਹੁਤ ਸਾਰਾ ਮਾਨ ਸਨਮਾਨ ਵਿਦੇਸ਼ਾਂ ਦੀ ਧਰਤੀ ਤੋਂ ਪਹੁੰਚਿਆ। ਸੈਕਟਰੀ ਸਾਹਿਬ ਉਹਨਾਂ ਦੇ ਨਾਮ ਲੈ ਦੇਣਗੇ, ਸਮਾਂ ਮੇਰੇ ਕੋਲ ਨਹੀਂ ਹੈ। ਇੱਧਰਲੇ ਪਾਸੇ ਆਪ ਜੀਆਂ ਦੇ ਨਗਰ ਤੋਂ ਭਾਈ ਜਗਮੋਹਨ ਸਿੰਘ ਜੀ ਕੁਲਾਰ, ਇੱਧਰਲੇ ਪਾਸੇ ਭਾਈ ਰਣਜੀਤ ਸਿੰਘ ਜੀ ਵੰਡਾਲਾ ਮੰਝ ਕੀ ਨੇੜੇ ਫਗਵਾੜਾ ਸਰੰਗੀ ਅਤੇ ਸੇਵਾ ਨਿਭਾ ਰਹੇ ਸਨ। ਭਾਈ ਜਗਦੀਪ ਸਿੰਘ ਦੀ ਵੀਰ ਬਟਾਲੇ ਤੋਂ ਨੇ ਦਾਸ ਇੱਕ ਦੂ ਇੱਕ ਚੜ੍ਹਾਉਂਦੀਆਂ, ਕੌਣ ਜਾਣੇ ਮੇਰਾ ਨਾਮ ਜੀ, ਉਹ ਭਾਈ ਹਰਜੀਤ ਸਿੰਘ ਨਗਰ ਸੋਹਲਪੁਰ ਨੇੜੇ ਭੋਗਪੁਰ ਜ਼ਿਲ੍ਹਾ ਜਲੰਧਰ। ਬੋਲਦਿਆਂ ਤੋਂ ਹੋਈਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਅਤੇ ਪਾਵਰ ਅਹਿਮਦ ਦਾ ਪੜਦਾ ਫਤਿਹ ਦੇ ਨਾਲ ਅਸੀਂ ਇਸ ਬਖਸ਼ਿਸ਼ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।